ਪੰਜਾਬੀ ਗਾਇਕ ਹਰਫ ਚੀਮਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਹੈ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਇਸ ਪੋਸਟ ਦੇ ਵਿੱਚ ਹਰਫ ਚੀਮਾ ਨੇ ਇੰਟਰਨੈਸ਼ਨਲ ਸਟੂਡੈਂਟਸ ਤੇ ਆਈ ਔਖੀ ਘੜੀ ਨੂੰ ਬਿਆਨ ਕੀਤਾ ਆਪਣੀ ਇਸ ਪੋਸਟ ਦੇ ਵਿੱਚ ਗਾਇਕ ਹਰਫ ਚੀਮਾ ਨੇ ਵਿਦੇਸ਼ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਇੱਕ ਖਾਸ ਅਪੀਲ ਹੈ ਜਿਹੜੀ ਕੀਤੀ ਹੈ ਹਰਫ ਨੇ ਕਿਹਾ ਕਿ ਸੰਸਾਰ ਦੇ ਵਿੱਚ ਆਰਥਿਕ ਮੰਦੀ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਕੈਨੇਡਾ ਅਮਰੀਕਾ ਚ ਲੋਕਾਂ ਨੂੰ ਨੌਕਰੀਆਂ ਤੋਂ ਜਵਾਬ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਇਸ ਵੇਲੇ ਪੰਜਾਬੀਆਂ ਲਈ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੋਵੇਗੀ ਵਿਦਿਆਰਥੀ ਵੀਜ਼ੇ ਤੇ ਜਿਹੜਾ ਵਿਦੇਸ਼ ਗਏ ਹੈ ਬੱਚਿਆਂ ਪਹਿਲਾਂ ਤਾਂ ਇਧਰਲੇ ਪਰਿਵਾਰਾਂ ਨੂੰ ਉਹਨਾਂ ਦੀ ਮਜਬੂਰੀ ਜਿਹੜੀ ਸਮਝ ਨਹੀਂ ਪਈਗੀ ਤੇ ਉਹਨਾਂ ਨੂੰ ਏਟੀਐਮ ਮਸ਼ੀਨਾਂ ਸਮਝਣਾ ਜਿਹੜਾ ਬੰਦ ਕਰਨਾ ਪਵੇਗਾ ਦੂਜਾ ਉਹਨਾਂ ਦੇਸ਼ਾਂ 'ਚ ਪਹਿਲਾਂ ਜਾ ਕੇ ਸੈੱਟ ਹੋ ਚੁੱਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸੱਚਮੁੱਚ ਆਪਣੇ ਪੰਜਾਬ ਦਾ ਭਲਾ ਚਾਹੁੰਦੇ ਹੈ ਤਾਂ ਇਹਨਾਂ ਬੱਚਿਆਂ ਨੂੰ ਜਿਹੜਾ ਉਹ ਆਪਣਾ ਸਮਝਣਾ ਹਰਫ ਨੇ ਅੱਗੇ ਲੇ ਕੇ ਕਿ ਉਹ ਇਹਨਾਂ ਕੋਲੋਂ ਘੱਟ ਪੈਸੇ ਤੇ ਕੰਮ ਕਰਵਾਉਣ ਮੂੰਹ ਮੰਗੀਆਂ ਕੀਮਤਾਂ ਤੇ ਬੇਸਮੈਂਟਾਂ ਦੇਣ ਤੇ ਹਰ ਗੱਲ ਤੇ ਇੰਟਰਨੈਸ਼ਨਲ ਸਟੂਡੈਂਟਸ ਇਹ ਕਰਦੇ ਆ ਉਹ ਕਰਦੇ ਆ ਬੰਦ ਕਰਨ ਕੋਈ ਵੀ ਪੰਜਾਬੀ ਕਿਤੇ ਵੀ ਜਾ ਕੇ ਘੱਟ ਨਹੀਂ ਕਰਦਾ ਉਹਨਾਂ ਨੇ ਵੀ ਨਹੀਂ ਕੀਤੀ ਤੇ ਉਹ ਬੱਚੇ ਲਈ ਕੋਈ ਖੁਸ਼ੀ ਨੂੰ ਤੁਹਾਡੇ ਦੇਸ਼ਾਂ ਦੇ ਵਿੱਚ ਹੈ ਜਿਹੜਾ ਨਹੀਂ ਹੈ। ਸੋ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ? ਕਮੈਂਟ ਜਰੂਰ ਕਰਿਓ। ਧੰਨਵਾਦ।